ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਵੱਲੋਂ ਖੁਦ ਟੀਮ ਦੀ ਅਗਵਾਈ ਕਰਦੇ ਹੋਏ ਸੀਆਈਏ ਸਟਾਫ ਸਮਾਨਾ ਦੀ ਟੀਮ ਦੇ ਨਾਲ ਘੱਗਾ ਨੇੜਲੇ ਪਿੰਡ ਦੇਦਨਾ ਵਿਖੇ ਨਕਲੀ ਸ਼ਰਾਬ ਤਿਆਰ ਕਰਨ ਵਾਲੀ ਇੱਕ ਫੈਕਟਰੀ ਫੜ ਕੇ ਵੱਡੇ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਵੱਡੀ ਮਾਤਰਾ ਵਿੱਚ ਸ਼ਰਾਬ ਤਿਆਰ ਕਰਨ ਵਾਲੇ ਕੈਮੀਕਲ ਬੋਤਲਾਂ, ਢੱਕਣ, ਖਾਲੀ ਡਰੰਮ, ਕੱਚ ਦੇ ਪੈਮਾਨੇ, ਸੁਰਾਹੀ ਵਰਗੇ ਖਾਲੀ ਬੋਤਲਾਂ, ਅਸਲੀ ਮੋਟਾ ਸੰਤਰਾ, ਗੋਲ ਦਾ ਜਾਲੀ ਮਾਰਕਾ ਅਤੇ ਹੋਰ ਸਮਾਨ ਵੀ ਬਰਾਮਦ ਕੀਤਾ ਗਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਪਿਤਾ ਰਘਬੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸਦਾ ਪੁੱਤਰ ਅਮਰੀਕ ਸਿੰਘ ਫਰਾਰ ਹੋ ਗਿਆ ਹੈ। ਐਸਐਸਪੀ ਦੇ ਨਾਲ ਐਸਪੀਡੀ ਮਨਜੀਤ ਸਿੰਘ ਬਰਾੜ ਅਤੇ ਆਬਕਾਰੀ ਵਿਭਾਗ ਦੇ AIG ਗੁਰਚੈਨ ਸਿੰਘ ਧਨੋਵਾ ਵੀ ਸਨ। ਐਸਐਸਪੀ ਸਿੱਧੂ ਦੇ ਮੁਤਾਬਕ ਸੀਆਈਏ ਸਟਾਫ ਸਮਾਨਾ ਨੇ ਇੱਕ ਸੂਚਨਾ ਦੇ ਆਧਾਰ ਤੇ ਅਮਰੀਕ ਸਿੰਘ ਦੇ ਖੇਤਾਂ 'ਚ ਛਾਪਾ ਮਾਰਿਆ, ਜਿੱਥੋਂ ਵੱਡੀ ਮਾਤਰਾ ਵਿੱਚ ਸ਼ਰਾਬ ਬਰਾਮਦ ਹੋਈ ਹੈ। ਸਾਨੂੰ ਪਟਿਆਲਾ ਪੁਲਿਸ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਦੇਦਨਾ ਪਿੰਡ ਥਾਣਾ ਘੱਗੇ ਵਿਖੇ ਇੱਕ ਨਜਾਇਜ਼ ਢੰਗ ਨਾਲ ਸ਼ਰਾਬ ਜਿਹੜੀ ਬਣਾਈ ਜਾ ਰਹੀ ਹੈ, ਜਿਹੜੀ ਉਹਨੂੰ ਕਹਿ ਦਿਓ ਵੀ ਇੱਥੇ ਪੈਕਿੰਗ ਕੀਤੀ ਜਾ ਰਹੀ ਹੈ ਅਤੇ ਉਹਦੇ ਵਿੱਚ ਉਹਨੂੰ ਭਰ ਕੇ ਅੱਗੇ ਸਪਲਾਈ ਕੀਤਾ ਜਾ ਰਿਹਾ। ਉਹਦੇ 'ਚ ਅਸੀਂ ਅੱਜ ਇੱਥੇ ਰੇਡ ਕੀਤਾ। CIA ਸਮਾਣਾ ਇੰਸਪੈਕਟਰ ਵਿਜੇ ਕੁਮਾਰ ਦੀ ਅਗਵਾਈ 'ਚ ਅਸੀਂ ਇੱਥੇ ਰੇਡ ਕੀਤਾ। ਰੇਡ ਕਰਨ ਤੋਂ ਬਾਅਦ ਕਰੀਬ ਇੱਥੇ ਸਾਨੂੰ ਜਿਹੜੀ ਬਣੀ ਵੀ ਹੈ 91 ਪੇਟੀਆਂ ਮੋਟਾ ਸੰਤਰਾ ਨਾਂ ਦਾ ਬ੍ਰਾਂਡ ਇੱਥੇ ਤਿਆਰ ਕੀਤਾ ਜਾ ਰਿਹਾ ਸੀ ਜਾਲੀ। 91 ਪੇਟੀਆਂ ਜਿਹੜੀਆਂ ਉਹ ਤਾਂ ਬਣੀਆਂ ਮਿਲ ਗਈਆਂ। ਉਦੋਂ ਬਾਅਦ ਕੋਈ 10,000 ਦੇ ਕਰੀਬ ਹੈ ਬੋਟਲ ਦਾ ਜਿਹੜੀਆਂ ਖਾਲੀ ਉਹਨੂੰ ਮਿਲ ਗਈਆਂ ਅਤੇ 1,00,000 ਦੇ ਕਰੀਬ ਹੈਗੇ ਆ ਜਿਹੜੇ ਉਹ ਜਿਹੜੇ ਇਹਨਾਂ ਦੇ ਕੈਪਸ ਹੈ ਬੋਟਲ ਦੇ ਉੱਤੇ ਅਤੇ ਪਲੱਸ ਜਿਹੜੇ ਐਕਸਾਈਜ਼ ਦੇ ਸਟਿੱਕਰਸ ਲੱਗਦੇ ਆ ਉਹ ਇੱਥੋਂ ਰਿਕਵਰ ਹੋਏ ਆ। ਅਸੀਂ ਇਹਦੇ ਵਿੱਚ ਇਹਨੂੰ ਇਹ ਯੂਨਿਟ ਦੇ ਵਿੱਚ ਇਹਦੇ ਪਰਚਾ ਦਰਜ ਕਰਾ ਰਹੇ ਹਾਂ ਅਤੇ ਉਦੋਂ ਬਾਅਦ ਅੱਗੇ ਕਾਰਵਾਈ ਕਰਾਂਗੇ। ਜਿਵੇਂ ਕਿ ਪਹਿਲਾਂ ਮਿਲਾਵਟਖੋਰ ਦੇ ਖਿਲਾਫ਼ ਕਾਰਵਾਈ ਕੀਤੀ ਗਈ, ਇਵੇਂ ਦੀਵਾਲੀ ਦਾ ਤਿਉਹਾਰ ਆ ਰਿਹਾ ਸੀ ਇਹਦੇ ਵਿੱਚ ਇਹਨਾਂ ਦੀ, ਕਿਉਂਕਿ ਇਹਦੀ ਸ਼ਰਾਬ ਦੀ ਖਪਤ ਵੱਧ ਜਾਂਦੀ ਹੈ। ਪਾਂਤੜਾ ਤੋਂ ਕੁਲਵੰਤ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।